ਸੜਕਾਂ ਦੇ ਕੀ ਕੁਛ ਹਾਲ ਸੀ ਫਿਲਹਾਲ ਸਾਡੇ ਪੱਤਰਕਾਰ ਜਰਨੈਲ ਨੇ ਜਾਇਜ਼ਾ ਲਿਆ ਮੌਕੇ ਤੇ ਵੇਖੋ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਜਿੱਥੇ ਗੱਲ ਕੀਤੀ ਜਾਵੇ ਵਿਜੀਬਿਲਿਟੀ ਦੀ ਤਾਂ ਨਾ ਮਾਤਰ ਹੀ ਹੈ ਜੋ ਵਹੀਕਲ ਨੇ ਉਹ ਰਿੰਗ ਰਿੰਗ ਕੇ ਚੱਲ ਰਹੇ ਅਤੇ ਜੋ ਗਤੀ ਆ ਉਹ ਤਾਂ ਰੋਕ ਲੱਗ ਚੁੱਕੀ ਹੈ ਜੀ ਅਤੇ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਣੀ ਧੁੰਦ ਛਾਈ ਹੋਈ ਹੈ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਲੋਕ ਆਪਣੀ ਸੁਰੱਖਿਅਤ ਯਾਤਰਾ ਕਰੇ ਲਿਵਿੰਗ ਇੰਡੀਆ ਵੀ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰਦਾ ਜੇਕਰ ਤੁਸੀਂ ਕਿਤੇ ਕੰਮ 'ਤੇ ਬਾਹਰ ਜਾ ਰਹੇ ਤਾਂ ਆਪਣੀ ਸੁਰੱਖਿਅਤ ਯਾਤਰਾ ਕਰੋ ਅਤੇ ਸਲੋ ਸਪੀਡ 'ਚ ਵਹੀਕਲ ਚਲਾਓ ਅਤੇ ਉੱਥੇ ਹੀ ਜੇਕਰ ਖੇਤੀਬਾੜੀ ਦੀ ਇਸ ਨਾਲ ਗੱਲ ਕੀਤੀ ਜਾਵੇ ਤਾਂ ਖੇਤੀਬਾੜੀ 'ਚ ਵੀ ਬਹੁਤ ਪ੍ਰਭਾਵ ਪੈ ਰਿਹਾ ਗਾ ਕੈਮਰਾ ਜਨਰਲ ਰਜਿੰਦਰ ਯਾਦਵ ਨਾਲ ਜਰਨੈਲ ਸਿੰਘ ਬਰਨਾਲ ਵੀ ਲਿਵਿੰਗ ਇੰਡੀਆ ਨਿਊਜ਼ ਮੋਹਾਲੀ ਖਬਰਾਂ ਚੇਨਈ ਧੰਨਵਾਦ ਜੀ।